हाँ जी गाइस, स्वागत साढ़े होर नवे ब्लॉग दे विच। ते अज आपां तरपाला देखणियां ने जो कि आपां ट्राली ते पाउणियां ने, ते उन्हां नूं चैक कर लैणे कि तो फटफट तां नहीं गई, क्योंकि वह दो वारी ही कड्डी दियां ने, एक होले महल्ले वेले एक हजूर साहब वेले। देख लैणे आपां लग रही ते ठीक नहीं बाकी हूं तो लगा का फायदा नहीं है धुप वैसे है ना। देख लें समान तो ठीक जहा ही लगता, बाकी हम धुप लगावे किसी दिन। ठीक है, चौबर का भी काम थोड़ा जहा लंबा ही हो गया, यह तीन दिन हो गया एवं खुलिया पाया, यह भी फिट नहीं करते। तो कल रात एक बजे फिट करता ही ये चीज, बाकी देखो अज फिट होंगे कि नहीं। तो साडा भी अज फिट हो जाए ज्यादा वधिया। थोड़ा थले रखी ओह मगर आदल पासा मगर करो पानी उत्ते उतरेगा पानी मगर करो 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 मगर करो चलो चलो हाँ जी गाइस, ते अपना गेयर हो चुके हैं, ते हुण आपां गेयर लैण चले हैं, ते आपां गड्डी कढ लईए। ते बहुत एक्साइटेड होए हुए हैं, इस टाइम साडा गेयर मिल जाए ते आपां गेयर ठीक कर दईए कि नहीं जी। हाँ जी पूरे जी, बस एक बार ट्रैक्टर अपना 100 ते चले जाए, बाकी बाद देखी जाओ तो वीरा गड्डी कढ़दा। चलो चलो यार, चलो 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 बैजो बैजो। मूहरे नहीं मैं बहना, चलो मैं ही बहना चलिए खराब मुश्किल करके सामना असी दुकान पहुंच गए। गल पर हुण आपां अपना गियर लेके चलिए छेती तो छेती बस घरे पहुंच गए। रेडी रखता हूं जाके फिट ही करना ट्रैक्टर खड़ा तीन ट्रैक्टर भी खड़े ने अपना गेयर ओके हो चुके पूरा लेके चलिए। गाइस गड्डी गेयर रख लिया तो बहुत ही औखा रखा गया, पता नहीं केड़ी केड़ी गरारियां पाती भी ने। चलो हम तो भजे का ही पता लगू। अज तो रवि ने पया देखा नहीं पूरा, रवि सीधा घरे गया खड़े हैं साढ़े को, रवि गोली अंगू गया घर। इसते अपना काम अज होया नहीं, कुछ चीजा की कमी रह गई अपने को, बाकी सिंबा वगैरह की कमी सी जिमें लगने ने, बाकी चलो कोई ना हूँ आप कल करा शाम फिट। तो बाकी गाइस कुछ पाइप वगैरह भी चेंज हुए ने, तो चलो कोई नहीं हूँ आप भीरे छे आने तो मिलते हैं थानू। हाँ जी गाइस, जिम्मे कि दूजा दिन हो चुके स्टार्ट, कल थोड़ा जहा समान घट सी थानू पता ही आ, चलो अज भीरे हुणी आ चुके ने। हाँ जी गाइस, पता नहीं अज कि दिन आ साडे उत्ते, साडा कोई भी काम बनता नहीं है, तो भीरा शक्ल बना के शक्ल कुटन लग्या, कहिंदे इहदे नाल जे किसी दी नज़र लगे तो नज़र उतर जाती है। मन गया
ਤੇ ਗਾਈਜ਼ ਆਪਣਾ ਜਿਹੜਾ ਯੂਨੀਅਨ ਸੀਗਾ ਇਹਦੀ ਜਿਹੜੀ ਅੱਗੇ ਵਾਲੀ ਸ਼ਾਫਟ ਆ ਥੋੜ੍ਹੀ ਜਿਹੀ ਲੰਬੀ ਸੀਗੀ ਕਿ ਜਿਹੜਾ ਆਪਾਂ ਜੁਗਾੜ ਕੀਤਾ ਉਹਦੇ ਅੱਗੇ ਜਾ ਕੇ ਲੱਗ ਗਈ ਸੀਗੀ ਅਤੇ ਇਹਨੂੰ ਥੋੜ੍ਹਾ ਜਿਹਾ ਆਪਾਂ ਵੱਢ ਦਿੰਦੇ ਹਾਂ। ਗਾਈਜ਼ ਜਿਵੇਂ ਕਿ ਵੀਰੇ ਨੇ ਬ੍ਰੇਕਾਂ ਵੀ ਕੱਸ ਦਿੱਤੀਆਂ ਨੇ ਅਤੇ ਵੀਰਾ ਇਸ ਟਾਈਮ ਉਹਨਾਂ ਨੂੰ ਮਤਲਬ ਜੋੜ ਲਾ ਰਿਹਾ ਅਤੇ ਬਾਕੀ ਬ੍ਰੇਕਾਂ ਵੀ ਫਿੱਟ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਇਹ ਜੁਗਾੜ ਆ ਜਿਹੜਾ ਕਿ ਗੇਅਰ ਪਾਉਣ ਵਾਲਾ ਜਿਹੜਾ ਕਿ ਗੇਅਰ ਪਾਊਗਾ ਜਿਹੜਾ ਆਪਾਂ ਗੇਅਰ ਲਵਾਇਆ ਇਹ ਜੁਗਾੜ ਆ ਇਹਦਾ ਵੀ ਬਹੁਤ ਕੰਮ ਕਰਨ ਵਾਲਾ ਵੈਸੇ ਤਾਂ ਅੱਧੇ ਤੋਂ ਜ਼ਿਆਦਾ ਵੀਰੇ ਨੇ ਕਰ ਦਿੱਤਾ। ਚਲੋ ਇਹ ਵੀ ਹੋ ਜੂ ਪੀਨੀਅਨ ਵਗੈਰਾ ਸਾਰਾ ਕੁਝ ਫਿੱਟ ਹੋ ਚੁੱਕਿਆ ਬ੍ਰੇਕਾਂ ਵੀ ਤਕਰੀਬਨ ਫਿੱਟ ਹੋ ਚੁੱਕੀਆਂ ਨੇ ਅਤੇ ਹੁਣ ਹਿੱਸਾ ਜੋੜ ਦਿੰਦੇ ਹਾਂ। ਸਭ ਤੋਂ ਔਖਾ ਕੰਮ ਹੁੰਦਾ ਗਾ ਜੀ ਇਹ ਇਸ ਟਾਈਮ ਇਹ ਹਿੱਸਾ ਜੋੜਨਾ ਬਸ ਉਹ ਤੋਂ ਬਾਅਦ ਤਾਂ ਕੰਮ ਮਤਲਬ ਤਕਰੀਬਨ ਫਿਰ ਨੇੜੇ ਨੇੜੇ ਵਾਲਾ ਰਹਿ ਜਾਂਦਾ। ਅਤੇ ਚਲੋ ਅਤੇ ਗਾਈ ਹਿੱਸਾ ਥੋੜ੍ਹਾ ਜਿਹਾ ਰਹਿ ਗਿਆ ਜੋੜਨ ਵਾਲਾ ਬਾਕੀ ਹਲਕਾ ਜਿਹਾ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਆ। ਗਾਈ ਹਿੱਸਾ ਜੁੜ ਚੁੱਕਿਆ ਪੂਰਾ ਇਹ ਗਾਈ ਬ੍ਰੇਕਾਂ ਨੇ ਜਿਹੜੀਆਂ ਕਿ ਉਹਦੇ ਵਿੱਚ ਲੱਗਣੀਆਂ ਨੇ। ਇਹ ਲਿਫਟ ਟਾਪਾ ਗਾਈ ਜਿਹੜਾ ਕਿ ਜਿਹਦਾ ਆਪਾਂ ਪਿਛਲੀ ਵਾਰ ਵੀ ਕੰਮ ਕਰਾਇਆ ਸੀਗਾ ਅਤੇ ਇਹ ਤਾਂ ਹੁਣ ਬਿਲਕੁਲ ਓਕੇ ਆ ਇਹਦਾ ਆਪਾਂ ਧੋਣੀ ਕਰੀ। ਗਾਈਸ ਬ੍ਰੇਕਾਂ ਦੇ ਵਿੱਚ ਇੱਕ ਕਮੀ ਆ ਚੁੱਕੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਥੱਲੇ ਵਾਲੀਆਂ ਜਿਨ੍ਹਾਂ ਵਿੱਚ ਆ ਬ੍ਰੇਕ ਫਸਣੀਆਂ ਇਹ ਛੋਟੇ ਨੇ ਇਹ ਪਿਛਲੀ ਬ੍ਰੇਕਾਂ ਦੇ ਨੇ ਹੁਣ ਆਪਾਂ ਨੂੰ ਵੱਡੇ ਚਾਹੀਦੇ ਨੇ ਉਹ ਆਪਣੇ ਕੋਲ ਇਸ ਟਾਈਮ ਹੈ ਨਹੀਂ ਇਹ ਆਪਾਂ ਬਾਅਦ 'ਚ ਹੀ ਹੁਣ ਇਹਨਾਂ ਦੀ ਸੈਟਿੰਗ ਬਣਾਵਾਂਗੇ। ਚਲੋ ਕੋਈ ਨਹੀਂ ਆਪਾਂ ਹੁਣ ਬ੍ਰੇਕਾਂ ਨੂੰ ਜਿਹੜੇ ਅੱਗੇ ਇਹਨਾਂ ਦੇ ਟਾਪਾ ਲੱਗਣਾ ਉਹ ਲਾ ਦਾਂਗੇ ਅਤੇ ਉਹ ਆਪਾਂ ਲਿਆਵਾਂਗੇ। ਚਲੋ ਕੋਈ ਨਹੀਂ ਸਪਰਿੰਗ ਪਾ ਲਈ ਪੱਤੀ ਚੱਕ ਕੇ ਐਂ ਕਰਾਉਣੀ ਆ ਪੱਤੀ ਥੱਲੇ ਨੂੰ ਕਰੀ ਰੋਣੀ ਤਾਂ ਕਰੀ 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 ਕਰ ਕਰਦੇ 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 ਕਰੇ ਹੋਰ ਕਰ ਉਰੇ ਚਾਹੀਦੀ ਆ ਪੱਤੀ ਉਰੇ ਆਇਆ ਤੈਨੂੰ ਉਹਦੇ ਚੱਲੀਏ ਸੋਨਾ ਬਸ ਅਸੀਂ ਲਾ ਲਈਏ ਇਹਨੂੰ ਲਓ ਗਾਈਸ ਆਪਾਂ ਗੇਅਰ ਵੀ ਫਿੱਟ ਕਰਤਾ ਕਿਉਂਕਿ ਗੇਅਰ ਪਾ ਕੇ ਦੇਖਣਾ ਸੀਗਾ ਵੀਰੇ ਕਹਿੰਦਾ ਗੇਅਰ ਪਾ ਕੇ ਦੇਖਣਾ ਗੇਅਰ ਉੱਪਰ ਵਾਲੇ ਫਿੱਟ ਕਰਤੇ ਇਹ ਤਾਂ ਖੋਲਣੇ ਹੀ ਪੈਣੇ ਆ ਵੈਸੇ। ਚਲੋ ਗੇਅਰ ਤਾਂ ਤਕਰੀਬਨ ਸਹੀ ਪੈ ਰਹੇ ਨੇ ਬਾਕੀ ਜਿਹੜਾ ਲੀਵਰ ਬਣਾਉਣ ਵਾਲਾ ਉਹ ਆਪਾਂ ਹੁਣ ਮਤਲਬ ਰਾਡ ਨਾਲ ਪਾਉਂਦੇ ਹਾਂ। ਇੱਧਰ ਚੱਕਰ ਵੀ ਦੇਣਾ ਕਿੰਨੇ ਹੋ ਗਏ ਹੁਣ ਜਦੋਂ ਤੂੰ ਨੋਰਮਲ ਹਾਈ ਗੇਅਰ ਰੱਖਣਾ ਆਪਦੇ ਵਾਲਾ ਜਿਹੜਾ ਤੇਰਾ ਆਮ ਪਹਿਲਾਂ ਹਾਈ ਸੀ ਉਹਨੂੰ ਇਹਨੂੰ ਮਗਰ ਨੂੰ ਕਰ ਲੈਣਾ ਉਹਨੂੰ ਮੂਹਰ ਨੂੰ ਹੀ ਰੱਖਣਾ ਇਹ ਨੋਰਮਲ ਹਾਈ ਹੋ ਜਾਊਗਾ ਤੇਰਾ ਜਿਵੇਂ ਆਮ ਪਹਿਲਾਂ ਦੂਆ ਤੀਆ ਚੌਥਾ ਆਮ ਪੈਂਦਾ ਉਦੋਂ ਬਾਅਦ ਚੋਂ ਲੋ ਲਾਉਣਾ ਆਹ ਲੀਵਰ ਨੂੰ ਤੂੰ ਮਗਰ ਨੂੰ ਕਰ ਦੇਣਾ ਉੱਪਰ ਰੱਖਣਾ ਇਹਨੂੰ ਇਹਨੂੰ ਇੱਧਰ ਨੂੰ ਕਰ ਦੇਣਾ ਇਹਨੇ ਜਿਹੜਾ ਰੋਟਾਵੀਟਰ ਚਲਾਉਣਾ ਉਹ ਚਲਾਈ ਜਦੋਂ ਤੂੰ ਉਹਨੂੰ ਮੂਹਰ ਨੂੰ ਕਰਤਾ ਇਹਨੇ ਪਹਿਲੇ ਹਾਈ ਨਾਲੋਂ ਤੋਰਾ ਘਟਾ ਦੇਣਾ ਲੋ ਨਾਲੋਂ ਵਧਾ ਦੇਣਾ ਜੇ ਆਪ ਨੂੰ ਮੂਹਰ ਨੂੰ ਕਰ ਲਿਆ ਆਹ ਮਗਰ ਨੂੰ ਆ ਤਾਂ ਇਹਨੇ ਪਹਿਲੇ ਹਾਈ ਨਾਲੋਂ ਤੋਰਾ ਵਧਾ ਦੇਣਾ ਘਟਾ ਦੇਣਾ ਲੋ ਨਾਲੋਂ ਵਧਾ ਦੇਣਾ ਜਿੱਥੇ ਮਰਜ਼ੀ ਰੱਖ ਉਹਦਾ ਨੀ ਮਤਲਬ ਹੈਗਾ ਯਾਨੀ ਕਿ ਇੱਥੇ ਜ਼ੋਰ ਨਹੀਂ ਲਗਾਉਣਾ ਇਹਦਾ ਤਾੜਦੇ ਨਹੀਂ ਇਹਨੂੰ ਚਲਾਉਣਾ ਉਹਨਾਂ ਨੇ ਥੱਲੇ ਵਾਲਾ ਨਟ ਲਾ ਤੇ ਉਹਨੀ ਦਾ ਕਿਹੜਾ ਗੱਬੇ ਵਾਲਾ ਹਾਂ ਹਾਂ ਗਿਆ ਵੀਰੇ ਗਿਆ ਉਹਦੇ ਤਾਂ ਪਾ ਕੇ
ਤੇ ਗਾਈਸ ਆਪਾਂ ਆਪਣਾ ਕਈ ਤੇ ਆਪਾਂ ਆਪਣਾ ਸਾਰਾ ਸਮਾਨ ਰੱਖ ਲਿਆ ਇਹਦੇ ਵਿੱਚ ਤੇ ਆਪਾਂ ਹੁਣ ਚੱਲਦੇ ਹਾਂ ਟਰੈਕਟਰ ਕੋਲੇ ਤੇ ਬਾਕੀ ਕਾਹਰ ਲੀਵਰ ਲੱਗਣਾ ਤੇ ਆਹ ਟਿੱਕਾ ਸੀ ਨੂਰ ਵੀਰੇ ਦੇ ਟਰੈਕਟਰ ਦਾ ਆਹ ਚੀਜ਼ ਤੇ ਉਹ ਤਾਂ ਫਿੱਟ ਹੋ ਗਿਆ ਪੂਰਾ ਬਾਹਰ ਖੜਾ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਆਹ ਖੜਾ ਚੋਬਰ ਤੇ ਇਹ ਤਾਂ ਪੂਰਾ ਫਿੱਟ ਹੋ ਚੁੱਕਿਆ ਬਸ ਹੁਣ ਇਹਦੇ ਪਲੇਟਫਾਰਮ ਰਹਿ ਗਿਆ ਬਣਾਉਣ ਵਾਲਾ ਉਹ ਵੀਰੇ ਇੱਕ ਅੱਧੇ ਦਿਨ ਦੇ ਵਿੱਚ ਬਣਾ ਦੂਗਾ ਸਹੀ ਗੱਲ ਹੈ लीवर फिट हूं इतने थोड़ा जा पट गए जैन लाना करी जाने काम लो गाइस आप पीटी वाला गेयर फिट करता बाकी डिटेल दूजा ਦੂਜਾ ਜੈਡ ਇਹ ਆਪਣੇ 3 ਸਪੀਡ ਵਾਲਾ ਹਾਂਜੀ ਇਹ ਹੁਣ ਇਹਨੂੰ ਕਰਦੇ ਆ ਫਿਰ ਤੋਂ ਬਾਕੀ ਇੱਕ ਤਾਂ ਹੋ ਗਿਆ ਆਪਣਾ ਓਕੇ ਲੋ ਗਾਇਸ ਆਪਣੀ ਪਲੇਟ ਹੋ ਚੁੱਕੀ ਹੈ ਫਿੱਟ ਤੇ ਹੁਣ ਵਾਰੀ ਆ ਗਈ ਤੇਲ ਪਾਉਣ ਦੀ ਇਹ ਤੇਲ ਪਾਉਣੇ ਆ ਹਾਂਜੀ ਗਾਇਸ ਤੇ ਆਪਾਂ ਲਿਫਟ ਟਾਪਾ ਵੀ ਲਾਤਾ ਤੇਲ ਵੀ ਪਾਤਾ ਤੇ ਲੀਵਰ ਵੀ ਫਿੱਟ ਕਰਤਾ ਬਸ ਨੇ ਖੋਰ ਗੇਅਰ ਕੱਢਣਾ ਰਹਿ ਗਿਆ ਅਤੇ ਗੇਅਰ ਲਾਉਣਾ ਰਹਿ ਗਿਆ ਅੱਗੇ ਅਤੇ ਬਾਕੀ ਕੰਮ ਹੋ ਗਿਆ ਅਤੇ ਯਾਰ ਇੱਕ ਨੁਕਸਾਨ ਹੋ ਗਿਆ ਸਾਡਾ ਇੱਥੋਂ ਸਾਡਾ ਤੇਲ ਲੀਕ ਹੋ ਗਿਆ ਸੀ ਇਹ ਵਾਲੇ ਪਾਈਪ 'ਚੋਂ ਕਿਉਂਕਿ ਅਸੀਂ ਦੇਖਿਆ ਨਹੀਂ ਅਤੇ ਚਲੋ ਕੋਈ ਨਹੀਂ ਹੁਣ ਰਾਤ ਦੇ ਵੱਜ ਚੁੱਕੇ ਨੇ ਗਾਈਸ ਅਤੇ ਰਾਤ ਦੇ ਵੱਜ ਚੁੱਕੇ ਨੇ ਗਾਈਸ ਇੱਕ ਅਤੇ ਕੰਮ ਹੁਣ ਵੀ ਜਾਰੀ ਹੈ ਬਸ ਹੁਣ ਗੇਅਰ ਫਿੱਟ ਕਰਨਾ ਅਤੇ ਡਿਸਟ੍ਰੀਬਿਊਟਰ ਦੀਆਂ ਪਾਈਪਾਂ ਸੈੱਟ ਕਰਨੀਆਂ ਅਤੇ ਬ੍ਰੇਕਾਂ ਸੈੱਟ ਕਰਨੀਆਂ ਨੇ ਅੱਜ ਪੂਰੀ ਰਾਤ ਲੱਗ ਜਾਣੀ ਆ ਅਤੇ ਚਲੋ ਕਰੀ ਜਾਂਦੇ ਹਾਂ ਅਤੇ ਬਾਕੀ ਅਤੇ ਗਾਈਸ ਹੁਣ ਬ੍ਰੇਕਾਂ ਦਾ ਰਹਿ ਗਿਆ ਬਸ ਬ੍ਰੇਕਾਂ ਸੈੱਟ ਕਰਨੀਆਂ ਅਤੇ ਬ੍ਰੇਕਾਂ ਦਾ ਕੰਮ ਤੋਂ ਬਾਅਦ ਆਪਾਂ ਫਿਰ ਤੇਲ ਵਗੈਰਾ ਸਾਰਾ ਕੁਝ ਪਾਤਾ ਵਿੱਚ ਤੁਸੀਂ ਦੇਖ ਲਓ ਅਤੇ ਕੰਮ ਚੱਲੀ ਜਾਂਦਾ ਫਿਰ ਇਹ ਤੋਂ ਬਾਅਦ ਆਪਾਂ ਮੋਡੀਫਿਕੇਸ਼ਨ ਦੀ ਵਾਰੀ ਆ ਜਾਣੀ ਇਹਦੀ ਅਤੇ ਛੇਤੀ ਹੀ ਕੰਮ ਨਿਬੇੜਾਂਗੇ ਅਤੇ ਇੱਥੇ ਆਪਣਾ ਤੇਲ ਡੁੱਲ ਗਿਆ ਚਲੋ ਅਤੇ ਵੀਰੇ ਹੁਣੀ ਆਉਂਦੇ ਨੇ ਉਹ ਬ੍ਰੇਕ ਦੇਖਣ ਗਏ ਨੇ ਦੂਜੇ ਡਰੈਕਟਰ ਦੀ ਅਤੇ ਹੁਣ ਗੇਅਰ ਫਿੱਟ ਕਰਾਂਗੇ ਬਸ ਲਿਫਟ ਟਾਪਾ ਵੀ ਫਿੱਟ ਕਰਤਾ ਇਹਦੀ ਸੀਲ ਵੀ ਪਾਤੀ ਆ ਅਤੇ ਚਲੋ ਹਾਂਜੀ ਅਤੇ ਆਪਣਾ ਹੁਣ ਗੇਅਰ ਵੀ ਫਿੱਟ ਹੋ ਚੁੱਕਿਆ ਬ੍ਰੇਕਾਂ ਦਾ ਵੀ ਕੰਮ ਹੋ ਗਿਆ ਇੱਕ ਬ੍ਰੇਕ ਦਾ ਕੰਮ ਹੋ ਗਿਆ ਅਤੇ ਇੱਕ ਦਾ ਵੀਰਾ ਕਰਦਾ ਅਤੇ ਗੇਅਰ ਹੋ ਗਏ ਸਾਰੇ ਟੋਟਲ ਬਸ ਹੁਣ ਸਟਾਰਟ ਕਰਕੇ ਇੱਕ ਵਾਰੀ ਚੈੱਕ ਕਰਾਂਗੇ ਅਤੇ ਤੁਸੀਂ ਦੇਖ ਸਕਦੇ ਹੋ ਅਤੇ ਬਾਕੀ ਹਾਂਜੀ ਅਤੇ ਹੁਣ ਕਰਕੇ ਦੇਖਦੇ ਹਾਂ ਸਟਾਰਟ ਆਪਾਂ ਚਲੋ ਕਰੋ ਜੀ ਸਟਾਰਟ ਸਿੱਧੀ ਤਾਰ ਤਾਂ ਟਾਈਟ ਹੈ ਇੱਕ ਸਾਈਡ ਦੀ ਕਿਰਪਾ ਕਰਨ ਦੇਖੋ ਰੇਸ
ਹੁੰਦਾ ਝਟਕੇ ਨਾਲ।